इस तन मन मधे मदन चोर जिन ज्ञान रतन हिर लीन मोर। इस तन मन मधे तन और मन दे बिच उधर बदे बदन चोर हंकार है जो बाधा है ना बदन बदन कहते बाधा हंकार है। हंकार एक चोर है मन बिच हंकार है जो चोर है। उन्हें की नुकसान की चुराया की है मेरा मेरा ज्ञान रतन चुरा लिया उन्हें मैं नावे नाल विरोध है। ज्ञान रतन बिगाड़ता तेरे बुद्धि ने क्यों हंकार नाल प्रेम कर लिया मन हंकारी है वह संग कर लिया हंकारी का संग कर लिया मन का मन हंकारी है ਉਹਦੀ ਸੰਗਤ ਕਰ ਲਈ ਕੀ ਹੋਇਆ ਜੇ ਅਕਲ ਸੰਗਤ ਨਾ ਕਰਦੀ ਮਨ ਦੀ ਫਿਰ ਇਹ ਗੱਲ ਨਹੀਂ ਸੀ ਵਿਗੜਨੀ ਸੀ ਗਿਆਨ ਰਤਨ ਨਹੀਂ ਸੀ ਖਰਾਬ ਹੋਣ ਇਸ ਕਰਕੇ ਅਕਲ ਨੂੰ ਦੋਸ਼ ਦਿੱਤਾ ਕਹਿੰਦੇ ਰਤਨ ਵਿਗਾੜ ਵਿਗੋਈ ਕੁੱਤੀ ਬੁੱਧੀ ਕੁੱਤੀ ਹੈ ਬੰਦਾ ਸਾਥ ਦੇ ਤਾ ਗਿਆਨ ਰਤਨ ਵਿਗੜ ਗਿਆ ਅੱਖ ਦੀ ਇਹਦੀ ਆਪਣੀ ਨਿਗਾਹ ਅੱਡੀ ਹੋ ਗਈ ਹੈ ਇਹ ਦ੍ਰਿਸ਼ਟੀ ਗਵਾ ਬੈਠੀ ਆਪਣੀ ਸਾਡੇ ਝੂਠ ਪਛਾਣ ਦੀ ਦ੍ਰਿਸ਼ਟੀ ਹੋਵਾ ਬੈਠੀ ਰਤਨ ਵਿਗਾੜ ਵਿਗੋਈ ਕੁੱਤੀ ਬੋਇਆ ਸਾਰਨ ਆਈ ਹੁਣ ਇਹਨੂੰ ਉਹਦਾ ਨਹੀਂ ਪਤਾ ਬਰੇ ਦੇ ਬਾਅਦ ਕੀ ਹੁੰਦਾ ਬਰੇ ਦੇ ਬਾਅਦ ਦੀ ਬਾਅਦ ਵੇਲੇ ਦੀ ਇਹਨੂੰ ਪਤਾ ਕੀ ਹੁੰਦਾ ਬੋਇਆ ਸਾਰਨ ਪਾਈ ਉਹਦਾ ਨਹੀਂ ਇਹਨੂੰ ਪਤਾ ਫਿਰ ਜਿਉਂਦੇ ਜਿਉਂਦੇ ਪਤਾ ਕਹਿੰਦੇ ਹੁਣ ਕਹਿੰਦੇ ਪਤਾ ਨਹੀਂ ਬਾਈ ਹੁਣ ਕਿੱਥੇ ਗਿਆ ਕੀ ਗਿਆ ਕੀ ਹੋਊਗਾ ਉਹਦੇ ਬਾਰੇ ਕੋਈ ਪਤਾ ਨਹੀਂ ਅਵਿਦਿਆ ਮਾਧਵ ਅਵਿਦਿਆ ਹੈ ਤਲੀਨ ਵਿਵੇਕ ਦੀਪ ਬਲੀਨ ਅਵਿਦਿਆ ਨਾਲ ਪ੍ਰੇਮ ਕਰ ਲਿਆ ਇਹਨੇ ਪੰਡਿਤ ਦੀ ਗੱਲ ਮੰਨ ਲਈ ਪੰਡਿਤ ਦੀ ਗੱਲ ਸੁਣ ਲਈ ਪੰਡਿਤ ਦੀ ਤਾਂ ਵਿਦਿਆ ਵੀ ਅਵਿਦਿਆ ਹੈ ਪੰਡਿਤ ਦੀ ਵਿਦਿਆ ਨੂੰ ਅਵਿਦਿਆ ਮਿਲਦੀ ਹੈ ਬਲਦੀ ਵਿਦਿਆ ਤਾਂ ਗੁਣ ਵਾਲੀ ਚੀਜ਼ ਹੈ ਜਿਹੜੀ ਚੀਜ਼ ਗੁਣ ਕਰੇ ਉਹ ਵਿਦਿਆ ਜਿਹੜੀ ਔਗਣ ਪੈਦਾ ਕਰੇ ਉਹ ਵਿਦਿਆ ਸ਼ਾਸਤਰ ਵਿਦਿਆ ਤਾਂ ਹੀ ਸ਼ਾਸਤਰ ਚਲਾਉਣਾ ਸਿਖਾਉਂਦੇ ਬੱਚੇ ਆਪਣੀ ਸੇਫਟੀ ਹੁੰਦੀ ਹੈ ਉਹਦੇ ਨਾਲ ਦੁਸ਼ਮਣ ਨੂੰ ਘਾਤ ਲੱਗਦਾ ਜਿਹੜੀ ਵਿਦਿਆ ਨਾਲ ਦੁਸ਼ਮਣੇ ਤਕੜੇ ਹੁੰਦੇ ਹੋਣ ਆਪ ਨੂੰ ਨੁਕਸਾਨ ਹੁੰਦਾ ਵੀ ਉਹਨੂੰ ਵਿਦਿਆ ਕਿਵੇਂ ਕਹਿੰਦੇ ਵੀ ਉਹ ਵਿਦਿਆ ਜਿਹੜੀ ਵਿਦਿਆ ਦਾ ਲੋਭ ਵੱਧਦਾ ਹੋਵੇ ਜਿਹੜੀ ਵਿਦਿਆ ਨੂੰ ਮੋਹ ਵੱਧਦਾ ਹੋਵੇ ਜਿਹੜੀ ਵਿਦਿਆ ਦਾ ਕ੍ਰੋਧ ਵੱਧਦਾ ਹੋਵੇ ਜਿਹੜੀ ਵਿਦਿਆ ਦਾ ਹੰਕਾਰ ਵੱਧਦਾ ਹੋਵੇ ਉਹਨੂੰ ਵਿਦਿਆ ਕਿਵੇਂ ਕਹਿ ਲਓਗੇ ਉਹ ਵਿਦਿਆ ਹੋ ਸਕੂਲਾਂ ਕਾਲਜਾਂ ਦੀ ਵਿਦਿਆ ਸਾਰੀ ਵਿਦਿਆ ਹੈ ਇਹ ਦਸਾਂ ਵਿਦਿਆ ਕਿਵੇਂ ਹੈ ਵਿਦਿਆ ਉਹ ਚੀਜ਼ ਹੈ ਜਿਹਦਾ ਲਾਭ ਹੁੰਦਾ ਹੋਵੇ ਇਹਦਾ ਤਾਂ ਨੁਕਸਾਨ ਹੁੰਦਾ ਲਾਭ ਕੀ ਹੁੰਦਾ ਲਾਭ ਨਹੀਂ ਹੁੰਦਾ ਨੁਕਸਾਨ ਹੁੰਦਾ ਔਰ ਉਸ ਨੁਕਸਾਨ ਦਾ ਸਤਾਇਆ ਹੋਇਆ ਸੰਸਾਰ ਤਰਾਹੀ ਤਰਾਹੀ ਕਰਦਾ ਉਹ ਵਿਦਿਆ ਅਵਿਦਿਆ ਦੇ ਨੁਕਸਾਨ ਦਾ ਡੱਗਿਆ ਹੋਇਆ ਸੰਸਾਰ ਨਾ ਇਹ ਤਾਂ ਅਵਿਦਿਆ ਸਰਪਣੀ ਹੈ ਇਹਦਾ ਡੱਗਿਆ ਹੋਇਆ ਸੰਸਾਰ ਕਿੰਨੇ ਹੀ ਚੰਗੇ ਹੋਣ ਮਨਿਸਟਰ ਚੀਫ ਮਨਿਸਟਰ ਪ੍ਰਾਈਮ ਮਨਿਸਟਰ ਜਿਹੜੇ ਵਿਚਾਲੇ ਬੈਠੇ ਨੇ ਨਾ ਅਫਸਰ ਸਾਹੀ ਇਹਨਾਂ ਦਾ ਡੰਗ ਜਿਹੜਾ ਹੈਗਾ ਪਬਲਿਕ ਨੂੰ ਤਰਾਹੀ ਤਰਾਹੀ ਕਰਾਈ ਜਾਂਦਾ ਵਿਦਿਆ ਪੜ੍ਹੀ ਹੋਈ ਇਹਨਾਂ ਨੇ ਇਹ ਵਾਹ ਨਹੀਂ ਜਾਣ ਦਿੰਦੇ ਇਹ ਬੈਠੇ ਨੇ ਫੜੀ ਹੋਏ ਵਿਚਾਲੇ ਇਹ ਬੜੀ ਗੱਲ ਹੈ ਵਿਚਾਲੇ ਬੈਠੇ ਵਿਦਿਆ ਅਵਿਦਿਆ ਪੜ੍ਹ ਕੇ ਜਿੰਨਾ ਚਿਰ ਇਹਨਾਂ ਦੀ ਫੱਟੀ ਵਿਚਾਲੇ ਨਹੀਂ ਪੁੱਜਦੀ ਸੁਖੀ ਨਹੀਂ ਹੋ ਸਕਦੇ ਜੇ ਗੁਰਮੁਖ ਦਾ ਹੋਵੇ ਨਾ ਰਾਜ ਇਹਨਾਂ ਨੂੰ ਮੱਖਣ ਕਿਉਂ ਬਾਲ ਮੈਂ ਬਾਹਰ ਬਣੇ ਕੱਢ ਕੇ ਇਹਨਾਂ ਦੇ ਵਿਚਾਰੇ ਦੇ ਆਪਣੇ ਪੱਲੇ ਕੋਈ ਨਹੀਂ ਮਨਿਸਟਰਾਂ ਦੇ ਜੇ ਨਿਕਲ ਜਾਂਦੇ ਨੇ ਇਹਨਾਂ ਕੋਲ ਕੀ ਹੈ ਇਹਨਾਂ ਦੇ ਤਾਂ ਇਹੀ ਗੁਰੂ ਨੇ ਪੰਡਿਤ ਬਾਹਮਣ ਗੁਰੂ ਹੈ ਜਗਤ ਕਾ ਇਹ ਬਾਹਮਣੇ ਗੁਰੂ ਨੇ ਇਹਨਾਂ ਦੇ ਤਾਂ ਇਹਨਾਂ ਦੇ ਬਾਹਮਣ ਗੁਰੂ ਨੇ ਵਿਦਵਾਨ ਭਾਜੀ ਦਾ ਬਾਹਮਣ ਗੁਰੂ ਹੈ ਜੰਮ ਦੇ ਜਾਲ ਚੋਂ ਨਿਕਲ ਨਹੀਂ ਸਕਦਾ ਜਾਂਦਾ ਜਾਲ ਕੀ ਦੁੱਖਾਂ ਦਾ ਜਾਲ ਉਹ ਦੁੱਖਾਂ ਚੋਂ ਨਹੀਂ ਨਿਕਲ ਸਕਦਾ ਦੁਨੀਆਂ ਦੁੱਖਾਂ ਚੋਂ ਨਹੀਂ ਨਿਕਲ ਸਕਦੀ ਜੋਰ ਲਾਲ ਵਿੱਚ ਆਏ
ਜਿੰਨਾ ਚਿਰ ਇਹ ਵਿਦਵਾਨ ਬਾਹਮਣ ਦੇ ਜਾਲ ਚ ਫਸੀ ਹੋਈ ਹੈ ਅਫਸਰ ਸ਼ਾਹੀ ਦੇ, ਉਹਨਾਂ ਚਿਰ ਕੋਈ ਇਲਾਜ ਨਹੀਂ ਹੈ, ਦੁਨੀਆਂ ਸੁਖੀ ਨਹੀਂ ਹੋ ਸਕਦੀ। ਪੰਡਿਤ ਸੁਖੀ ਹੋਣ ਦਿੰਦਾ, ਸਾਰੀ ਦੁਨੀਆਂ ਦੇ ਪੰਡਿਤ ਸੁੱਖ ਆਪਣੇ ਨੂੰ ਕੈਸ਼ ਕਰਾਉਣੇ ਚਾਹੁੰਦਾ, ਮੇਰੇ ਕੋਲ ਆ ਜਾਣ ਜਾਂ ਮੇਰੀ ਔਲਾਦ ਕੋਲ ਆ ਜਾਣ। ਹਾਂਜੀ, ਮੈਂ ਅਨਾਥ ਪ੍ਰਭ ਕਹੂੰ ਕਾਹੇ, ਕੋ ਨਾ ਬੁਗਤੋ ਮੈਂ ਕੋ ਆਹੇ। ਪ੍ਰਭੂ ਹੇ ਪਰਮੇਸ਼ਰ, ਮੈਂ ਅਨਾਥ, ਮੇਰਾ ਤਾਂ ਕੋਈ ਤੂੰ ਹੀ ਹੈ, ਸੰਸਾਰ ਚ ਕੋਈ ਨਹੀਂ ਮੇਰਾ ਹੈ, ਅਨਾਥ। ਪ੍ਰਭ ਕਹੂੰ ਕਾਹੇ, ਕਹੂੰ ਕਾਹੇ, ਮੈਂ ਕਿਹਨੂੰ ਕਹਾਂ ਜਾ ਕੇ, ਸੰਸਾਰ ਤਾਂ ਮੇਰੀ ਕੋਈ ਸੁਣਦਾ ਹੀ ਨਹੀਂ, ਮੇਰੀ ਕੋਈ ਮਦਦ ਹੈ ਹੀ ਨਹੀਂ, ਮੈਂ ਤਾਂ ਅਨਾਥ ਹਾਂ ਸੰਸਾਰ ਚ। ਇਹ ਸੰਸਾਰ ਚ ਮੈਂ ਊ ਨਹੀਂ ਅਨਾ ਅਨਾ ਉਹ ਇਹ ਜਾ ਨਹੀਂ ਹੈਗਾ ਅਨਾਥ, ਮੈਂ ਸੰਸਾਰੀ ਬੋਲੀ ਵਾਲਾ ਅਨਾਥ। ਊ ਤਾਂ ਮੈਂ ਤੇਰੇ ਹੁਕਮ ਚ ਨੱਥ ਮੇਰੇ ਪਾਈ ਹੋਈ ਆ, ਨਾਥ ਹੈ ਤੂੰ ਮੇਰਾ, ਪਰ ਸੰਸਾਰ ਚ ਤਾਂ ਅਨਾਥ ਹੈ, ਇੱਥੇ ਨਹੀਂ ਮੇਰਾ ਕੋਈ ਬਾਲੀ ਵਾਰਸ ਤੇਰੇ ਬਿਨਾਂ। ਮੈਨੂੰ ਇਹ ਦੱਸ, ਅਜੇ ਮੈਂ ਕਰ ਇਹਦੇ ਨਾਲ ਕਿਹੜਾ ਕਿਹੜਾ ਨਹੀਂ ਖੁਆਰ ਹੋ, ਮੈਂ ਤਾਂ ਸਾਰੇ ਕਈ ਘਰ ਵਾਲੇ ਨੇ, ਬਹੁਤ ਘਰ ਵਾਲੇ ਨੇ, ਮੈਂ ਇਹਨੇ ਕੋਨ ਬਿਗਤੋ ਮੈਂ ਬਰਕਤਾਂ ਕਹਿ ਦੋ ਵਿੱਚ, ਆ ਜਿਹੜੀ ਮੈਂ ਹੈ, ਮੈਂ ਕੋ ਆਹੇ, ਆਹੀ ਮੈਂ ਜਿਹੜੀ ਆਹੀ ਮੈਂ, ਇਹਦੇ ਨਾਲ ਦੱਸ ਕਿਹੜਾ ਕਿਹੜਾ ਨਹੀਂ ਖੁਆਰ ਹੋਇਆ, ਇਹ ਮੈਂ ਦੇ ਘਰ ਵਾਲੇ ਨੇ ਸਾਰੇ, ਇਹ ਬੜੇ ਬੜੇ ਜਿਹੜੇ ਪੈਦਾ ਹੋਏ ਨੇ ਨਾ ਵਿਦਵਾਨ ਸਿਆਸਤਦਾਨ, ਇਹ ਮੈਂ ਦੇ ਹੀ ਨੇ, ਇਹ ਮੈਂ ਦਾ ਬਗੋਚਾ ਹੀ ਰਹਿੰਦਾ, ਘਾਟਾ ਹੀ ਘਾਟਾ, ਬਸ ਘਾਟਾ ਹੀ ਘਾਟਾ ਰਹਿੰਦਾ, ਜੋ ਸੋਚਦਾ ਹੁੰਦਾ ਹੀ ਨਹੀਂ, ਹੌਸਲੇ ਚੜ੍ਹਦਾ ਹੀ ਨਹੀਂ। ਦਾਰਨ ਦੁੱਖ ਸਿਉ ਨਾ ਜਾਏ, ਮੇਰੋ ਚਪਨ ਬੁੱਧ ਸਿਉ ਕਹਾਂ ਵਸਾਏ। ਹਾਂ, ਮਾਨੋ ਦਾਰਨ ਦੁੱਖ ਸਿਉ ਨਾ ਜਾਏ, ਇਹ ਜਿਹੜਾ ਦੁੱਖ ਹੈ ਨਾ ਸੰਸਾਰ ਦਾ ਦੁੱਖ ਹੈ ਜਿਹੜਾ, ਇਹ ਮੈਂ ਹੁਣ ਮੇਰੇ ਬਸ ਦੀ ਗੱਲ ਨਹੀਂ ਸਨ, ਸੰਸਾਰ ਦੇ ਜਿਹੜੇ ਤੇਰੇ ਵਿਛੋੜੇ ਦਾ ਜਿਹੜਾ ਦੁੱਖ ਹੈ, ਇਹ ਕਹੋ ਵਿਯੋਗ ਦਾ ਦੁੱਖ ਹੁਣ ਮੈਂ ਤੇਰੀ ਸਿਹਾ ਜਾ ਸਕਦਾ, ਸੰਸਾਰ ਦਾ ਦੁੱਖ ਤਾਂ ਸੁੱਖ ਸਭ ਕਰਕੇ ਬਣਿਆ ਹੋਇਆ, ਸੰਸਾਰ ਦਾ ਦੁੱਖ ਔਰ ਸੁੱਖ ਤਾਂ ਸਭ ਕਰਕੇ ਬਣਿਆ ਹੋਇਆ, ਤੇਰੇ ਜਿਹੜਾ ਵਿਯੋਗ ਦਾ ਦੁੱਖ ਹੈ ਉਹ ਨਹੀਂ ਹੁਣ ਸਹਿ ਹੁੰਦਾ। ਹਾਂਜੀ, ਆ ਜਿਹੜੀ ਮੇਰੀ ਚੱਪਲ, ਮੇਰੀ ਬੁੱਧੀ ਕੀ ਹੈ, ਚੱਪਲ ਬੁੱਧ ਹੈ, ਪੰਡਤ ਵਾਲੀ ਹੈ, ਬੱਥ ਚੱਪ ਪੰਡਤ ਵਾਲੀ ਲਈ ਹੋਈ ਹੈ ਚੱਪਲ ਹੈ, ਇੱਕ ਤਾਂ ਟਿਕਦੀ ਨਹੀਂ ਚੱਪਲ, ਉਹਨੂੰ ਕਹਿੰਦੇ ਜੀ ਜਿਹਦਾ ਟਿਕਾ ਨਹੀਂ ਹੈ, ਵਿਦਵਾਨਾਂ ਦੀ ਬੁੱਧੀ ਟਿਕਾ ਕਿੱਥੇ, ਚੱਪਲ ਬੁੱਧ ਦੇ ਵਸ ਦੀ ਗੱਲ ਨਹੀਂ ਹੈ ਇਹ, ਚੱਪਲ ਬੁੱਧ ਤੇਰੇ ਤੱਕ ਨਹੀਂ ਪਹੁੰਚ ਸਕਦੀ, ਲਿਜਾ ਸਕਦੀ, ਇਹਦਾ ਸਲਿਪ ਹੋ ਕੇ, ਇਹ ਸਲਿਪ ਹੋ ਕੇ ਮਾਇਆ ਵੱਲ ਪੈਂਦੀ ਹੈ, ਫਿਰ ਚੱਪਲ ਬੁੱਧ ਉਹਨੂੰ ਕਹਿੰਦੇ ਨੇ, ਜਾਂਦੀ ਜਾਂਦੀ ਫਿਰ ਮਾਇਆ ਵਾਲੇ ਖੇਤ 'ਚ ਆਵੜਦੀ ਹੈ, ਮਾਇਆ ਵਾਲਾ ਖੇਤ ਪਹਿਲਾਂ ਹੀ ਗੱਲਾਂ ਕੀਤਾ ਹੋਇਆ ਉਹਨੇ, ਉਹ ਤੋਂ ਬੇਗਾਰਾ ਲੱਗ ਜਾਂਦਾ, ਜੇ ਰਾਹ ਉੱਤਰ ਕੇ ਖੇਤ 'ਚ ਬੜੀ ਨਹੀਂ, ਉਹ ਗੰਨਾ ਦੇਖਦੀ ਹੈ ਗਾਰਾ ਨਹੀਂ ਦੇਖਦੀ, ਬੇਰੀ ਖੜੀ ਹੈ ਫਲ ਦਾ ਦੇਖਦੀ ਹੈ, ਅੰਬ ਦਾ ਦੇਖਦੀ ਹੈ, ਲੱਗਿਆ ਗਾਰਾ ਨਹੀਂ ਦੇਖਿਆ ਥੱਲੇ ਗਾਰਾ ਖੇਤ 'ਚ, ਮੇਰਾ ਸੀ ਫਲ ਦੇ ਉੱਤੇ, ਫਲ ਉਹਨੇ ਸੜਕ ਤੋਂ ਉੱਤਰ ਕੇ ਲੈਣਾ ਸੀ, ਗੋਡੇ ਗੋਡੇ ਗਾਰੇ ਦੱਸ ਗਈ, ਉਹ ਬਾਅਦ 'ਚ ਪਤਾ ਲੱਗਿਆ ਨਾ ਵੀ ਗਾਰਾ, ਮਾਇਆ ਦਾ ਕੁਛ ਵੀ ਲੈਣ ਵਾਸਤੇ ਮਾਇਆ 'ਚ ਲਿਪਤ ਹੋਣਾ ਪੈਂਦਾ ਹੀ ਹੈ, ਚੱਪਲ ਬੁੱਧ ਇਹਦੇ ਬਸ ਦੀ ਗੱਲ ਨਹੀਂ ਹੈ, ਤੁਲ ਇਹਦੇ ਬਸ ਦੀ ਗੱਲ ਨਹੀਂ ਹੈਗੀ ਹੈ, ਇਹਦੀ ਤਾਂ ਦ੍ਰਿਸ਼ਟੀ ਜਾ ਪੈਂਦੀ ਹੈ ਤੈਨੂੰ ਕਿਤੇ ਮਾਇਆ 'ਚ, ਉੱਧਰ ਹੋ ਜਾਂਦੀ ਹੈ ਜਦੋਂ ਫਿਰ ਲਿਬੜ ਜਾਂਦੀ ਹੈ। ਹਾਂ, ਨਨਕ ਸੁਨੰਦਨ ਸਿਵ ਸੁੱਖ ਆਦਿ, ਲਾਭ ਕਮਲ ਜਾਣੇ ਬ੍ਰਹਮ ਆਦਿ, ਬ੍ਰਹਮਾ ਆਦਿ। ਹਾਂ, ਸਨਕ ਸੁਨੰਦਨ ਇਹਨਾਂ ਨੇ ਧਰਮ ਚਲਾਏ ਨੇ, ਹੈ ਤਾਂ ਬ੍ਰਹਮਾ ਦੇ ਹੀ, ਹੈ ਬਾਹਮਣ ਦੇ ਹੀ ਗਾਹਾਂ ਚੇਲੇ, ਬ੍ਰਹਮਾ ਬਾਹਮਣ ਨੂੰ ਕਹਿੰਦੇ ਨੇ, ਪਰ ਧਰਮ ਚਲਾ ਲਏ ਪੁੱਠੇ, ਇਹਨਾਂ ਨੇ ਬੁਲਾ ਲਿਆ ਸਨਕ ਸੁਨੰਦਨ ਨੇ ਧਰਮ, ਸਨਾਤਨ ਧਰਮ ਇਹਦੇ ਹੀ ਪੈਦਾ ਕੀਤਾ ਹੈ, ਇਹ
चारा नहीं है तो जातो सनक सनंदन सनातन और संत कनार ने जेड़े चार चेले ब्रह्मा दे इना चारा नहीं धर्म बगाड़िया बेधर्म उल्टेरा पाने वाले चारे ने ता नाम होता सनक सनंदन संत कुमार और सनातन शिव शिव का धर्म होर है ये चारे ब्रह्मा के चेले ने शिव और सुख सुख जो है सुखदेव जरा मुनि है वह है ब्रह्मज्ञान की क्योंकि नारद बचन व्यास कहता है सुख को पूछो जाई ये ब्रह्मज्ञान की कैटागरी है शिव जरा अलग है बेटा शिव जी तिने गल करिए ने चार तो है ब्रह्मा के चेले जो ब्रह्मज्ञान का प्रचार करते चारे बिगड़ के बिगड़ गए प्रचार दो कैटागरी कर दिए सिर्फ राजा नहीं प्रचार करता राजा तो प्रैक्टिकल करता है जो राजा प्रैक्टिकल करता है दुनिया पालना प्रैक्टिकली इंसाफ करना प्रैक्टिकली कमजोर की रक्षा करनी प्रैक्टिकली पालना करनी गरीबों की मदद करनी प्रैक्टिकली वो प्रैक्टिकल है उसका धर्म थ्योरेटिकल नहीं रहा जो धर्म है थ्योरेटिकल तो फिर उन्होंने नाल करने पे हाँ सुनता रहता राजा देवता ना हो इधर देवता है रखे हुए ने उन्हें रखे हुए ने शास्त्र सुनता सुनता जरूर है का आप प्रैक्टिकल करता है जो प्रचारक ने प्रचारक तो ब्राह्मण सी या प्रचारक शिवजी वाले ने यह धार्मिक ने देवल ये राज नहीं करते दो नहीं राज करते यह धर्म का प्रचार करते ब्रह्मज्ञानी ने बगाड़ के ने पंडित बना ले अपने नाले राजे ने लालच दे के सन के संबंधन संत कुमार तो सनातन चार मत उन्होंने अड्ड अड्ड बन गया जी जो सनातन मत एक ही समझो है बाकियों दिया और जिन्हिया वरायटियां ने हिंदू मत दिन ही पैदा हुई हुई जो शिवजी वाली मत है वह योगी हैगी सिर्फ चार है फिर कहते हैं सन्यासी भी इन्होंने बिचों लिया हुए बाद निकल गए बाद च फिर पैदा होंगे रहते ने हम चिमटियाले संत ने जड़े ये भी जिम्मे घोड़ी के गले का बचा होंगे वो ने खचरे खचर नहीं होंगी ये वो ने शिवजी वाला चिमटा रख लिया बामन वाली माला रख ली ये दोगले ने क्रॉस ब्रीड है इन्होंने नहीं पता है जब इन्होंने रूप दिखाया फिर देखने लगे की हो गया इन्हों खुद नहीं पता संतान भी असं की हो गांव होंगी चलती मूवी ताइया मती अपनी अपनी मत है जे तो उन्नी पिछले एक मत फिर तो उ मत हो जाती पहले ग्रॉस ब्रीड है चिमटा लिया कोई शिवजी का धूल कटिया नहीं होंगे चिमटा सारा ने वह घुगू वाले संत का कोई चिमटा नहीं होता हाथ च वो चिमटे छेड़े पा ले रहे भगड़े वाले चिमटा वो तो शिवजी ने सुन दिता बारह है दुआ की बहम वाली धोती टिका दे जाम वाली दोनों का लाया इन्होंने कहता होंगे ना घोड़ी वाल कहता वो लाद है दसा नहीं है तो गांव है लाद होंगी होंगी इन्हों का अपना धर्म कोई नहीं होंगे ता ही जी कह दें संत मतों दसन की है संत समूह ने एक मत ही कह दिया सुभाषा ने संत मत की व्याख्या करके दिखाओ इन्हों कद खचर खचरे की लाद अपनी नहीं होंगी करके दिखाओ तु तो पहले दो तो बने क्रॉस ब्रीड क्रॉस ब्रीड है जब मक्की नहीं होंगी हाईब्रिड हाईब्रिड ने संत सारे पहले जी इन्होंने इलाज कहां कि हो जूगी इन्होंने नहीं हो सकती ये कोई मत नहीं है साबित करने के मत है साबित करके देखो वैष्णु मत नहीं है यह साबित करके दिल वैष्णु मत की होंगी है वैष्णव मत भी तो पिछे है वो
ਵੈਸ਼ਨੂੰ ਸੋਚ ਸੁਪਰ ਸੋ ਪ੍ਰਸੰਨ ਵਿਸਰ ਕੇ ਮਾਇਆ ਕਰੇ ਭਿੰਨ। ਵੈਸ਼ਨੂੰ ਦੀ ਵਿਆਖਿਆ ਕੀਤੀ ਹੋਈ ਆ ਗੁਰਬਾਣੀ ਚ, ਇਹ ਦੱਸਣ ਬਤ ਕਿਹੜੀ ਹੈ ਉਹਨਾਂ ਦੀ। ਇਹਨਾਂ ਨੂੰ ਉਹ ਪੜਦਾ ਪੈ ਜਾਣਾ, ਇਹਨਾਂ ਉਹਦਾ ਹੈ ਕੱਖ ਨਹੀਂ। ਇਹਨਾਂ ਨੂੰ ਜਵਾਬ ਦੇਣਾ ਕੌਣ, ਵੀ ਤੁਸੀਂ ਜੰਮੇ ਕਿੱਥੇ ਹੋ, ਤੁਹਾਡਾ ਮਾਂ ਬਾਪ ਕੌਣ ਹੈ, ਇਹ ਕੌਣ ਹੈ, ਇਹ ਹੋਈ ਹੈ ਤੇ ਫਟੀ ਬੇਸਵਾ ਕਾ ਘਰ ਪੂਤੀ ਅਨੁਭਵ ਨਾਮ ਤੇ ਫਟੀ। ਇਹ ਦੱਸਣ ਵਿਆਖਿਆ ਕਰਕੇ ਦਿਖਾਓ, ਹੁਣ ਆ ਗਿਆ, ਹੁਣ ਤਾਂ ਪੰਜੇ ਪੈ ਗਏ ਮੈਦਾਨ 'ਚ, ਜਵਾਬ ਦੇਣ। ਚਿਮਟਾ ਦੱਸੋ ਕਿੱਥੋਂ ਆਇਆ ਤੁਹਾਡੇ ਕੋਲ, ਗੁਰੂ ਕਰਕੇ ਦੱਸੋ ਕਿੱਥੇ ਚਿਮਟਾ, ਦਰਬਾਰ ਸਾਹਿਬ ਚਿਮਟਾ ਹੈ ਜਿਹੜਾ ਕੀਰਤਨ ਹੁੰਦਾ ਉੱਥੇ ਚਿਮਟਾ ਹੈ, ਉੱਥੇ ਨੀ ਤੁਸੀਂ ਕਿਉਂ ਲੈਂਦਾ, ਕਿੱਥੋਂ ਲੈਂਦਾ ਦੱਸੋ, ਕਿਸੇ ਗੁਰਦੁਆਰੇ ਚਿਮਟਾ ਨਹੀਂ ਹੈ, ਚਿਮਟੇ ਵਾਲੇ ਵੀ ਸਾਰਿਆਂ ਦੇ ਗੁਰਦੁਆਰਿਆਂ 'ਚ ਵੀ ਸੀ ਹੁੰਦੇ, ਚਿਮਟੇ ਕੱਢੇ ਨੇ ਗੁਰਦੁਆਰਿਆਂ 'ਚੋਂ। ਮੈਨੂੰ ਪਤਾ ਚਿਮਟੇ ਹੁੰਦੇ ਸੀ 1947 ਦੇ ਬਾਅਦ, ਪਹਿਲਾਂ ਵੀ ਹੁੰਦੇ ਸੀ, ਪਿੱਛੋਂ ਵੀ ਹੁੰਦੇ ਸੀ, ਪਰ ਪਿੱਛੋਂ ਕੱਢਦੇ ਸੀ ਲੜਿਆਂ ਦੇ। ਵੀ ਇਹ ਚਿਮਟੇ ਨਹੀਂ ਭਾਈ ਆਪਣੇ, ਇਹ ਤਾਂ ਸਾਰਿਆਂ ਦੇ ਚਿਮਟੇ, ਸੰਖ ਹੁੰਦੇ ਸੀ, ਸੰਖ ਤੱਕ ਸੀ ਗੁਰਦੁਆਰੇ 'ਚੋਂ ਵੀ ਕੱਢ ਕੇ ਬਾਹਰ ਮਾਰੇ, ਸਾਰਿਆਂ ਦੇ ਵਾਲੇ ਦੇ ਸੀ, ਇਹ ਤਾਂ ਆਪੇ ਸਾਧ ਨੇ। ਚਿਮਟਾ ਔਰ ਮਾਲਾ, ਇਹ ਦੋ ਚੀਜ਼ਾਂ ਗੁਰੂ ਘਰ ਦੇ ਕੋਈ ਸੰਬੰਧ ਨਹੀਂ। ਗੁਰੂ ਨਾਨਕ ਕੋਲ ਦਿਖਾਓ ਕਿੱਥੇ ਚਿਮਟਾ, ਚਿਮਟਾ ਨਾ ਜੋਗੀਆਂ ਕੋਲ ਜਿਹਨਾਂ ਦਾ ਗੁਰੂ ਨਾਨਕ ਖਿਲਾਫ ਹੈ, ਮਾਲਾ ਉਹ ਪੰਡਿਤ ਕੋਲ ਜਿਹਦੇ ਗੁਰੂ ਨਾਨਕ ਖਿਲਾਫ ਹੈ। ਅੱਜ ਅੱਜ ਸਿੱਖੀ ਤੋਂ ਖਿਲਾਫ, ਸਿੱਖੀ ਤੋਂ ਖਿਲਾਫ ਇਹੀ ਪ੍ਰਚਾਰ ਕਰਦੇ ਨੇ। ਇਹ ਤਾਂ ਚੋਰ ਫੜੇ ਗਏ ਸਨ ਦੇ ਉੱਤੇ ਹੀ, ਜਿਹਨੇ ਕੋਈ ਦੁਕਾਨ ਸੋਨਾ ਬਣਾਉਂਦਾ ਹੋਵੇ ਨਾ, ਇਕੱਠਾ ਕਰਦਾ ਫਿਰੇ, ਸਾਰੇ ਮੁਹੱਲੇ ਸੋਨਾ ਇਕੱਠਾ ਕਰਦਾ ਹੋਵੇ, ਬੈਠਾ ਹੀ ਪੁਲਿਸ ਆ ਗਿਆ ਉੱਤੇ, ਵੀ ਲੈ ਵੀ ਅਸੀਂ ਆ ਗਏ ਹੁਣ ਘਰ ਸੋਨਾ ਦੇ ਦੁੱਗਣਾ, ਨਹੀਂ ਤਾਂ ਛਿੱਤਰ ਪਿਆ ਇਹ ਤੇਰੇ ਤਾਂ ਫਿਰੂਗਾ, ਹੁਣ ਦੁੱਗਣਾ ਕਰਕੇ ਦਿਖਾ ਸੋਨਾ। ਹੁਣ ਤਾਂ ਉਹ ਟਾਈਮ ਆ ਗਿਆ ਨਾ ਵੀ ਕਰਕੇ ਦਿਖਾਓ, ਕੋਈ ਦੱਸੋ ਤੁਸੀਂ ਤੁਹਾਡੇ ਪੱਲੇ ਹੈ ਕੀ, ਤੁਸੀਂ ਕਿੱਥੋਂ ਆਏ ਹੋ ਪਿੱਛੋਂ, ਜਿਹੜੇ ਤੁਹਾਡੇ ਬੜੇ ਬੜੇ ਤੇ ਉਹ ਕੀ ਜਨਮੇ ਦੇ, ਤੁਹਾਡਾ ਬੈਕਗਰਾਊਂਡ ਹੈ ਕੀ, ਗੁਰੂ ਘਰ ਨਾਲ ਤੁਹਾਡਾ ਕੀ ਸੰਬੰਧ ਹੈ, ਗੁਰੂ ਨੇ ਤਾਂ ਸਿੱਖ ਬਣਾਏ ਤੇ ਜਾਂ ਤੁਹਾਨੂੰ ਵੀ ਸਿੱਖ ਬਣਾਇਆ ਸੀ, ਕਹੇ ਨਾਨਕ ਸੁਣੋ ਸੰਤੋ ਸੁਣਾਓ ਨਾ ਸੰਤੋ, ਆਪਣੀ ਆਪਣੇ ਘਰ ਰੱਖ ਛੱਡਿਆ ਉਹ ਸਾਡੀ ਸੁਣੋ, ਜੇ ਗੁਰੂ ਘਰ ਜਾਓ ਤੁਸੀਂ ਸੁਣੋ ਤੁਹਾਡੇ ਵਾਲੀ ਸੁਣੀ, ਸਾਡੇ ਮਤਲਬ ਦੀ ਹੈ ਫਿਰ ਤੁਹਾਡੇ ਵਾਲੀ ਵਧੀਆ ਗੁਰਬਾਣੀ ਘੱਟ ਹੈ, ਜਾਂ ਤਾਂ ਤੁਸੀਂ ਆਪਣੀ ਸੁਣਾਓ ਸੰਤਾਂ ਵਾਲੀ, ਇਹ ਸੁਣੋ ਗੁਰੂ ਘਰ ਦੀ ਗੁਰਬਾਣੀ ਸੁਣੋਗੇ ਤਾਂ ਗੁਰਬਾਣੀ ਅਨੁਸਾਰ ਤੁਹਾਡੇ ਜੀ ਸਮਝਾਓ ਕੀ ਹੈ, ਉਹ ਸੁਣਾ ਰਹੇ ਹੋ ਆਪਣੀ ਬੂਰੇ ਧਾਰਨਾ ਗੁਰਬਾਣੀ ਦੀ ਰਹਿ ਰਹੇ ਹੋ, ਗੱਲ ਤੁਸੀਂ ਆਪਣੀ ਕਰ ਰਹੇ ਹੋ, ਯੋਗ ਮਤ ਦੀ ਗੱਲ ਕਰ ਰਹੇ ਹੋ, ਗਵਾਰ ਘੋੜੀ ਵਾਲੀ ਉਹ ਗੱਲ ਹੈ, ਗੱਲ ਤੁਸੀਂ ਸ਼ਿਵਜੀ ਅਰ ਪੰਡਿਤ ਇਹ ਕਹਿੰਦੇ ਗਦੇ ਘੋੜੀ ਵਾਲਾ ਮਿਲਦਾ, ਹੋਰ ਕੁਛ ਨਹੀਂ ਹੈ, ਨਾਨਕ ਤੇ ਨਾਲ ਅਸਲ ਖਰ ਜੇ ਬਿਲਕੁਲ ਗੱਲ ਗ੍ਰੰਥ। ਹਾਂਜੀ, ਸਨਕ ਸੁਨੰਦਨ ਸ਼ਿਵ ਸੁਖ ਆਦਿ, ਸੁਖ ਆਦਿ ਨਾਭ ਕਮਲ ਕਿਹਨੇ ਜਾਣਿਆ, ਜਾਣਿਆ ਕਿਹਨੇ ਹੈ, ਕਹਿੰਦੇ ਚਾਹੇ ਸਾਰੇ ਹੀ ਨੇ, ਸਨਕ ਸੁਨੰਦਨ ਵੀ ਬੰਦੇ ਨੇ, ਪਰ ਜਾਣਿਆ ਕਿਹਨੇ, ਬ੍ਰਹਮ ਗਿਆਨੀਆਂ ਨੇ ਜਾਣਿਆ, ਸੁਖਦੇਵ ਮੁਨੀ ਨੇ ਜਾਣਿਆ, ਨਾਭ ਕਮਲ ਜਾਣੇ ਬ੍ਰਹਮ ਆਦਿ, ਬ੍ਰਹਮ ਆਦਿਕ ਸੁਖਦੇਵ ਇਹ ਜਿਹੜੇ ਭਗਤ ਹੋਏ ਨੇ ਉਹਨਾਂ ਨੇ ਜਾਣੇ, ਨਾਮ ਕਮਲ ਦੂਜੇ ਤਾਂ ਤ੍ਰਿਕੁਟੀ ਨੂੰ ਮੰਨਦਾ, ਸ਼ਿਵਜੀ ਵੀ ਤ੍ਰਿਕੁਟੀ 'ਚ ਮੰਨਦਾ, ਦਿਮਾਗ 'ਚ ਮੰਨਦਾ, ਪੰਡਿਤ ਵੀ ਮੰਨਦਾ, ਕਿਉਂਕਿ ਜਦੋਂ ਕੋਈ ਸ਼ਰਾਰਤ ਕਰਨੀ ਹੋਵੇ ਤਾਂ ਦਿਮਾਗ ਦੀ ਲੋੜ ਪੈਂਦੀ ਹੈ, ਇਹ ਤਾਂ ਗੁਰਮਤ ਨੂੰ ਬਗਾੜਨ ਵਾਲੇ ਸ਼ਰਾਰਤੀ ਨੇ ਸਾਰੇ, ਸ਼ਿਵਜੀ ਵੀ ਸ਼ਰਾਰਤੀ ਹੈ, ਸ਼ਿਵਜੀ ਨੂੰ ਪਤਾ ਹੀ ਹੈ ਗੁਰਮਤ ਪ੍ਰਗਟ ਹੋ ਗਈ ਤੇਰੀ ਫੱਟੀ ਪਹੁੰਚ ਜਾਣੀ, ਗੁਰੂ ਨਾਨਕ ਦੀ ਸਾਰੀ ਗੱਲ ਮੰਨ ਕੇ ਮੰਦੀ ਸੁਣ ਕੇ ਸਮਝ ਕੇ ਮੰਦੀ ਦੀ ਇਹਨਾਂ ਨੇ ਜੋਗੀਆਂ ਨੇ, ਫਿਰ ਕੀ ਫਿਰ ਤ੍ਰਿਕੁਟੀ ਕਮਾਈ ਚੱਕਰੀ, ਫਿਰ ਦਿਮਾਗ ਦਾ ਕੰਮ ਲਿਆ, ਸ੍ਰੀ ਚੰਦ ਨੂੰ ਜਗ੍ਹਾ ਲਗਾਤੀ,
ਇਹ ਦਸੋਂ ਦਾ ਦਿਮਾਗ ਇਹਨਾਂ ਦਾ ਇੱਥੋਂ ਹੀ ਸ੍ਰੀ ਚੰਦ ਪੈਦਾ ਹੋਇਆ ਹੋਇਆ। ਸ੍ਰੀ ਚੰਦ ਯੋਗੀ ਹੈ, ਬੇਦੀ ਨਹੀਂ ਹੈ। ਯੋਗੀ ਹੈ, ਬੇਦੀ ਨਹੀਂ ਹੈ। ਬੇਦੀ ਨਾਨਕ ਹੈ ਸਿਰਫ। ਸ੍ਰੀ ਚੰਦ ਯੋਗੀ ਹੈ, ਬੇਦੀ ਨਹੀਂ ਹੈ। ਆਹ ਜਿਹੜਾ ਲਖਮੀ ਚੰਦ ਹੈ, ਉਹ ਨਾ ਯੋਗੀ ਹੈ ਨਾ ਬੇਦੀ ਹੈ। ਉਹ ਕੀ ਹੈ? ਉਹ ਜਿਹੜਾ ਉਹਦਾ ਬਾਪ ਸੀ, ਉਹ ਹੈ, ਉਹ ਦਾਦਾ ਸੀ, ਉਹ ਹੈ ਮਹਿਤਾ। ਇਹ ਤਿੰਨ ਕੈਟਾਗਰੀਆਂ ਹੋ ਗਈਆਂ ਇਹਨਾਂ ਦੀਆਂ। ਉਹ ਮਹਿਤਾ ਰਹਿ ਗਿਆ, ਉਹ ਯੋਗੀ ਬਣ ਗਿਆ, ਨਾਨਕ ਦਾ ਬੇਦੀ ਹੈ। ਉਹ ਗਾਂ ਬੇਦੀ ਕੌਣ? ਗਾਂ ਬੇਦੀ ਲੈਣ ਨਾਨਕ ਦਾ ਲੈਣਾ ਦਾ ਸੰਬੰਧ ਹੈ, ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਇੱਥੇ ਆਤਮਾ ਦੇ ਰਿਸ਼ਤੇ ਨੇ, ਸਰੀਰ ਦੇ ਨਹੀਂ। ਧਰਮ ਜੋ ਸਰੀਰ ਦੇ ਰਿਸ਼ਤੇ ਨਹੀਂ ਹੁੰਦੇ, ਆਤਮਾ ਦੇ ਹੁੰਦੇ ਨੇ। ਉਹਨਾਂ ਦੇ ਸਰੀਰ ਦੇ ਰਿਸ਼ਤੇ ਨੇ। ਧਰਮ ਦਾ ਆਤਮਾ ਦਾ ਵਿਚਾਰਧਾਰਾ ਦਾ ਰਿਸ਼ਤਾ ਹੁੰਦਾ। ਵਿਚਾਰਧਾਰਾ ਯੋਗੀ ਉਹਦੀ ਲਈ ਹੈ, ਸ੍ਰੀ ਚੰਦ ਯੋਗੀ ਹੈ। ਵਿਚਾਰਧਾਰਾ ਨਾ ਉਹ ਯੋਗੀ ਹੈ, ਦੂਏ ਨਾਲ ਵਿਚਾਰਧਾਰਾ ਲਈ ਨਹੀਂ। ਤਾਂ ਗੁਰੂ ਨਾਨਕਾ ਵੀ ਲਈ ਨੇ, ਯੋਗੀ ਵਾਲੀ ਲਈ, ਲਖਮੀ ਚੰਦ ਨੇ। ਉਹਦਾ ਸਰੀਰ ਦਾ ਰਿਸ਼ਤਾ ਰਹਿ ਕੇ ਸੰਸਾਰੀ ਆਦਮੀ ਹੈ। ਇਹਨੂੰ ਕੋਈ ਰੱਦ ਕਰਕੇ ਦਿਖਾਵੇ, ਜਿਹੜੀ ਗੱਲ ਕਹੇ ਤੀ ਇਹ ਕਰੇ ਕੋਈ ਆ ਕੇ ਟਿੱਪਣੀ, ਇਹਨੂੰ ਕਦੇ ਰੱਦ ਕਿਹੜਾ ਕਰਦਾ ਇਹਦੇ 'ਚ। ਥੋੜ੍ਹਾ ਉਹ ਬੇਦੀ ਬੇਦੀ ਕਹੀ ਜਾਂਦੇ, ਆਪਣੇ ਨੂੰ ਸਾਬਤ ਕਰੇ ਤੂੰ ਬੇਦੀ, ਸਾਬਤ ਕਰਕੇ ਦਿਖਾਵੇ ਵੀ ਮੈਂ ਬੇਦੀ ਹਾਂ। ਨਾਨਕ ਦਾ ਬੇਦੀ ਹੈ, ਨਾਨਕ ਬੇਦੀ ਤਾਂ ਮੈਂ ਵੇਦ ਪੜ੍ਹਿਆ, ਗਿਆਨ ਪੜ੍ਹਿਆ। ਨਿਰਾਕਾਰੀ ਦੁਨੀਆਂ, ਉਹ ਨਿਰਾਕਾਰੀ ਰਿਸ਼ਤਾ ਉਹਦਾ, ਉਹ ਸਰੀਰ ਜਾਣਦਾ ਨਹੀਂ। ਉਹ ਕਹਿੰਦਾ ਤੂੰ ਮੇਰਾ ਪਿਤਾ, ਤੂੰ ਮੇਰਾ, ਉਹ ਤਾਂ ਲੈਣ ਨੂੰ ਮਾਂ ਪਿਓ ਬੰਦਾ ਹੀ ਨਹੀਂ, ਲੈਣ ਨੂੰ ਬਾਪ ਬੰਦਾ ਹੀ ਨਹੀਂ। ਉਹ ਤਾਂ ਸਾਰੀ ਇਹਨੂੰ ਆਪਣੇ ਪੈਦਾ ਕਾਲੂ ਨੂੰ ਉਹਦਾ ਬਾਪ ਨਹੀਂ ਬਣਦਾ। ਜੇ ਪੈਦਾ ਕਾਲੂ ਬਾਪ ਨਹੀਂ ਹੈ ਉਹਦਾ, ਤਾਂ ਮੈਦਾ ਨਹੀਂ ਹੈ। ਨਾਨਕ ਦਾ ਜੇ ਮਹਿਤਾ ਬਾਪ ਨਹੀਂ ਕਾਲੂ, ਤਾਂ ਨਾਨਕ ਮਹਿਤਾ ਨਹੀਂ ਹੈ। ਉਹਨੇ ਗਿਆਨ ਪੜ੍ਹ ਲਿਆ, ਵੇਦ ਪੜ੍ਹਿਆ, ਵੇਦੀ ਹੋ ਗਿਆ। ਉਹਨੇ ਯੋਗ ਮਤ ਧਾਰਨ ਕਰ ਲਿਆ, ਯੋਗੀ ਹੋ ਗਿਆ। ਉਹਨੇ ਕੋਈ ਵੀ ਨਹੀਂ ਮਤ ਧਾਰਨ ਕੀਤਾ, ਉਹ ਮਹਿਤਾ ਰਹਿ ਗਿਆ। ਇਹਨੂੰ ਕੋਈ ਰੱਦ ਕਰਕੇ ਦਿਖਾਵੇ, ਵੇਦੀ ਬੈਠਾ ਰੱਦ ਕਰੇ, ਇਹਨੂੰ ਸਟੇਜ 'ਤੇ ਕਰੇ, ਕਿਹੜੇ ਨੂੰ ਗੱਲ ਕਰੇ। ਬਾਹਰ ਲੋਕਾਂ ਨੂੰ, ਇਹਨਾਂ ਨੂੰ ਵੀ ਨਾਲ, ਨਿਰਮਲਿਆਂ ਨੂੰ, ਉਹਨੇ ਸ੍ਰੀ ਚੰਦਗਿਆਂ ਨੂੰ ਵੀ ਕਹਿੰਦੇ ਨਾਲ ਵਾਲੋ, ਉਦਾਸੀਆਂ ਨੂੰ, ਉਦਾਸੀਆਂ ਨੂੰ ਵਾਲੋ, ਉਦਾਸੀਆਂ ਨੂੰ ਬਣ ਦੇ ਦਾਂਗੇ ਅਸੀਂ, ਨਾਲੇ ਤੈਨੂੰ ਬਣ ਦੇ ਦਾਂਗੇ ਨੇੜੇ। ਹਾਂਜੀ, ਕਵੀ ਜਨ ਯੋਗੀ ਜਟਾਧਾਰ ਸਭ ਆਪਣ ਅਵਸਰ ਚੱਲੇ ਸਾਰ। ਕਵੀ ਜਨ ਯੋਗੀ ਜਟਾਧਾਰ, ਆ ਯੋਗੀ ਆ ਗਿਆ ਨਾ, ਜਟਾਧਾਰ, ਜਟਾ ਦੇ ਜਟਾ ਵਾਲੇ ਯੋਗੀ ਹੁੰਦੇ ਨੇ। ਸ੍ਰੀ ਚੰਦ ਦੇ ਜਟਾ ਵਾਲੇ ਯੋਗੀ ਹੈ ਲਿਖਿਆ ਨਾ, ਯੋਗੀ ਯੋਗੀ ਕਿਸੇ ਮਾਂ ਪਿਓ ਦੀ ਗੱਲ ਨਹੀਂ ਕੀਤੀ, ਜਟਾ ਵਾਲੀ ਗੱਲ ਹੈ ਸਿਰਫ, ਜਿਹਦੇ ਜਟਾ ਦੇ ਯੋਗੀ ਹੈ, ਚਾਹੇ ਕੋਈ ਵੀ ਉਹਦੇ ਪਿੱਛੋਂ ਯੋਗੀ ਇਹ ਗਾਂ ਧਰਮ। ਹੁਣ ਖਾਲਸਾ, ਖਾਲਸੇ ਦੀ ਕੋਈ ਜਾਤ ਹੈ? ਖਾਲਸੇ ਦਾ ਕੋਈ ਗੋਤ ਹੈ? ਖਾਲਸੇ ਦਾ ਗੋਤ ਪਿਛਲੀ ਜਾਤ ਕੋਲ ਤਾਂ ਖਤਮ ਹੈ ਨਾ ਸਾਡੀ, ਤੇ ਪਿਛਲੀ ਜਾਤ ਕੋਲ ਨਾਨਕਾਲੀ ਬਹਿਦੇ ਕਾਲੂ ਵਾਲੀ ਕਿਵੇਂ ਜੋੜ ਰਹੇ ਨੇ? ਸੋਹਣਵੰਤ ਖਾਲਸਾ, ਸਾਰਾ ਹੀ ਖਾਲਸਾ ਸੋਹਣਵੰਤ ਹੈ। ਪਿਛਲੀ ਜਾਤ ਕੋਲ ਕੋਈ ਹੋਵੇ ਸਾਡਾ ਕੀ ਮਤਲਬ ਉਹਦੇ ਨਾਲ? ਨਾਨਕ ਦਾ ਪਿਓ ਕੁਛ ਵੀ ਸੀ, ਅਸੀਂ ਉਹਦਾ ਕੀ ਲੈਣਾ? ਨਾਨਕ ਬੇਦੀ ਹੈ, ਦਸਮ ਪਾਤਸ਼ਾਹ ਕਿਹਾ ਬੇਦੀ ਹੈ, ਬੇਦੀ ਦਾ ਕਿਤੇ ਸਬੂਤ ਨਹੀਂ ਹੁੰਦਾ। ਨਾਨਕ ਬੇਦੀ ਸਬੂਤ ਕਰਕੇ ਸਾਨੂੰ, ਨਾਨਕ ਬੇਦੀ ਕਿਵੇਂ? ਇਤਿਹਾਸ ਪਹਿਲਾਂ ਮੈਂ ਬਹਿਤਾ ਸਾਬਤ ਹੋਊਗਾ, ਦਸਮ ਪਾਤਸ਼ਾਹ ਤੋਂ ਬਿਨਾਂ ਬੇਦੀ ਨਹੀਂ ਸਾਬਤ ਹੋ ਸਕਦੀ। ਦਸਮ ਪਾਤਸ਼ਾਹ ਕਹਿੰਦਾ ਵੀ ਤਿੰਨ ਪੀੜ੍ਹੀਆਂ ਬੇਦੀਆਂ ਦੀਆਂ ਰਾਜ ਕਰਨਗੀਆਂ, ਤਿੰਨੇ ਪੀੜ੍ਹੀਆਂ ਬੇਦੀ ਨਹੀਂ। ਹੁਣ ਫਿਰ ਉਹ ਲੈਣਾ ਕਿੱਥੋਂ ਆ ਗਿਆ ਬੇਦੀ? ਉਹਦਾ ਤਰੇੜ, ਜੇ ਸਰੀਰਕ ਤੌਰ 'ਤੇ ਲਈਏ ਉਹਦਾ ਤਰੇੜ ਗੁਰੂ ਅਮਰਦਾਸ ਭੱਲਾ,
ਇੰਨੇ ਕੁਲਾਂ ਅੱਡ ਅੱਡ ਨੇ ਇਹਨਾਂ ਦੀਆਂ ਜੇ ਸੰਸਾਰੀ ਕੁਲਾਂ ਗਿਣੀਏ ਅਸੀਂ ਸੰਸਾਰੀ ਕੋਲ ਤਿੰਨਾਂ ਦੇ ਅੱਡ ਅੱਡ ਨੇ ਇੱਕ ਬਹਿਤਾ ਇੱਕ ਤ੍ਰੇਣ ਹੈ ਇੱਕ ਭੱਲਾ ਤਦਮ ਪਾਸ਼ਾ ਕਹਿ ਰਹੇ ਤਿੰਨੇ ਬੇਦੀ ਨੇ ਇਹ ਗੱਲਾਂ ਦਾ ਜਵਾਬ ਕੌਣ ਦੇਊਗਾ ਸੁੱਤੇ ਪਏ ਨੇ ਉਹ ਸਾਰੇ ਵਿਦਵਾਨ ਤਾਂ ਬਸ ਉਹ ਬਸ਼ਰਮ ਦੀ ਵਾਂਗ ਕੋਠੀ ਜੇ ਮੂੰਹ ਰੱਖਣਗੇ ਇਹ ਬਾਹਰ ਦੀ ਮੂੰਹ ਦਿਖਾਉਂਦੇ ਹਨ ਇਹਨਾਂ ਨੇ ਬੜਾ ਅੱਤ ਚੱਕੀ ਹੈ ਵਿਦਵਾਨਾਂ ਨੇ ਰਾਇਆ ਦੇ ਕੇ ਅਖਬਾਰਾਂ 'ਚ ਬਿਆਨ ਦੇ ਦੇ ਉਹ ਬੋਲਣ ਜਿਹੜਾ ਬੋਲਿਆ ਉਹਦੇ ਦੀ ਖੁੰਭ ਠੱਪਦਿਆ ਕਰਨੀ ਹੈ ਜਿਹੜਾ ਬੋਲਿਆ ਉਹਦੇ ਦੀ ਖੁੰਭ ਠੱਪਦਿਆ ਕਰਨੀ ਉਹ ਲੱਗਿਆ ਸੀ ਨਾ ਉਹ ਬਿਕਰ ਬਿਕਰ ਬੋਲਿਆ ਸੀ ਉੱਥੇ ਪਟਿਆਲੇ ਕਹਿੰਦੇ ਬੜੇ ਸਿਰ 'ਚ ਸਿਰ ਦੁਖਣ ਲੱਗ ਗਿਆ ਫਿਰ ਤਾਂ ਥੋੜ੍ਹਾ ਦੁਖੂਗਾ ਜੇ ਅੱਜ ਤਾਂ ਸਿਰ ਦੁਖੂਗਾ ਜਾਂ ਦਸ ਪੰਦਰਾਂ ਕਿਲੋ ਦਾ ਘਰ ਵੱਜੂ ਸਿਰ ਤਾਂ ਦੁਖਣਾ ਹੀ ਹੈ ਸੁਕਰਾ ਸਿਰ ਦੁੱਖ ਕੇ ਹੀ ਛੁੱਟ ਗਏ ਸਿਰ ਦੁੱਖ ਕੇ ਜਿਹੜਾ ਖੜਾ ਛੁੱਟ ਗਿਆ ਉਹੀ ਬਹੁਤ ਹੈ ਹਾਰਟ ਫੇਲ ਨਹੀਂ ਹੋ ਗਿਆ ਉਹ ਤਾਂ ਹਾਰਟ ਫੇਲ ਹੋ ਜਾਂਦਾ ਕਈਆਂ ਦਾ ਕਵੀ ਜਨ ਕਵੀ ਜਨ ਕੌਣ ਨੇ ਆ ਤੁਲਸੀਦਾਸ ਵਰਗੇ ਕਵੀ ਜਨ ਆ ਜਿਹਨੇ ਲਿਖਿਆ ਪੰਥ ਪ੍ਰਕਾਸ਼ ਹੈ ਕਵੀ ਜਨ ਸੰਤੋਖ ਸਿੰਘ ਜਿਹਨੂੰ ਲਈ ਫਿਰਦੇ ਨੇ ਸੂਰਜ ਪ੍ਰਕਾਸ਼ ਵਾਲਾ ਭਾਈ ਵੀਰ ਸਿੰਘ ਕਵੀ ਜਨ ਦੇ ਸਾਰੇ ਹੀ ਆ ਜਿਹਨੇ ਉਹ ਲਿਖਿਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਇਹ ਸਭ ਕਵੀ ਜਨ ਨੇ ਇਹ ਜੋਗੀ ਨੇ ਕਵੀ ਜਨ ਜੋਗੀ ਭਾਈ ਗੁਰਦਾਸ ਜੀ ਬਾਰਾਂ ਵਾਲੇ ਵੀ ਕਵੀ ਜਨ ਨੇ ਕੋਈ ਗੁਰਮਤ ਵਾਲੀ ਭਾਸ਼ਾ ਨਹੀਂ ਆ ਗੁਰਮੁਖੀ ਭਾਸ਼ਾ ਨਹੀਂ ਉਹ ਗੁਰਮੁਖੀ ਭਾਸ਼ਾ ਇਹਨਾਂ ਨੂੰ ਗੁਰਮੁਖੀ ਭਾਸ਼ਾ ਦਾ ਗਿਆਨ ਨਹੀਂ ਹੁੰਦਾ ਇਹ ਬਾਣੀ ਗੁਰਮੁਖੀ ਭਾਸ਼ਾ ਕਵੀ ਜਨ ਜੋਗੀ ਜਟਾਧਾਰ ਜਟਾਧਾਰ ਜੋਗੀ ਹੈ ਸਮਝਿਆ ਜੀ ਸਭ ਆਪਣਾ ਅਸਰ ਚਲੇ ਸਾਰ ਆਪਣੇ ਆਪਣੇ ਸਮੇਂ ਸਿਰ ਚਲੇ ਗਏ ਔਰ ਆਪਣੇ ਆਪਣੇ ਸਮੇਂ ਸਿਰ ਆਪਣਾ ਆਪਣਾ ਗਿਆਨ ਪ੍ਰਚਾਰ ਦੇ ਰਹੇ ਸਾਰ ਗਿਆਨ ਹੁੰਦਾ ਜੋ ਆਪਣਾ ਗਿਆਨ ਸੀ ਉਹਦਾ ਪ੍ਰਚਾਰ ਕਰਕੇ ਚਲੇ ਗਏ ਜੋਗੀ ਜੋਗੀ ਵਾਲਾ ਪ੍ਰਚਾਰ ਕਰਦੇ ਰਹੇ ਦੁਨੀਆਂ ਨੂੰ ਜੋ ਮਨ ਦੀ ਸਿੱਖਿਆ ਦਿੰਦੇ ਰਹੇ ਜਿਹੜੇ ਵਿਦਵਾਨ ਕਵੀ ਸੀ ਉਹ ਆਪਣੀ ਗੱਲ ਸੰਸਾਰ ਨੂੰ ਕਹਿੰਦੇ ਰਹੇ ਹਾਂਜੀ ਤੂੰ ਅਥਾ ਮੋਹੇ ਥਾ ਨਾਹੇ ਤੂੰ ਅਥਾ ਰਿਹਾ ਪਰ ਸਾਰਿਆਂ ਨੇ ਉਹਨੂੰ ਤੈਨੂੰ ਅਥਾ ਮੰਨਿਆ ਅਤਾ ਪਤਾ ਤੇਰਾ ਕਿਸੇ ਨੇ ਦੱਸਿਆ ਇਹਨਾਂ ਨੇ ਅਤਾ ਪਤਾ ਨਹੀਂ ਦੱਸਿਆ ਕਹਿੰਦੇ ਅਤਾ ਪਤਾ ਮੈਨੂੰ ਵੀ ਨਹੀਂ ਪਤਾ ਪਰ ਮੈਥੋਂ ਤਾਂ ਅਤਾ ਪਤਾ ਆਪਣੇ ਦੁਆਰ ਤਾ ਲੋਕਾਂ ਨੂੰ ਜਿਸ ਨੂੰ ਤੂੰ ਜਾਣਾ ਬਸ ਹੋਈ ਜਾਂਦਾ ਇਹਨਾਂ ਨੇ ਤੇ ਤੂੰ ਹੱਥ ਜੋੜੇ ਨੀ ਇਹਨਾਂ ਨੇ ਬਾਂਹ ਖੜੀਆਂ ਕਰਕੇ ਕਿਹਾ ਨੀ ਵੀ ਮੈਂ ਮੇਰੀ ਬਾਂਹ ਫੜ ਮੈਂ ਤਾਂ ਜਾਣਦਾ ਨੀ ਕੁਛ ਵੀ ਮੈਂ ਅਜਾਣ ਮੈਨੂੰ ਜਾਣਕਾਰੀ ਦੇ ਤਾਂ ਮੈਨੂੰ ਤਾਂ ਮੈਂ ਤਾਂ ਬਾਂਹ ਕਿਹਾ ਸੀ ਮੈਨੂੰ ਕੱਢ ਲੈ ਬਾਂਹ ਫੜ ਕੇ ਇਹਦਾ ਬਾਂਹ ਤੈਂ ਕਹਿਤਾ ਵੀ ਚੰਗਾ ਤੇਰੀ ਤਾਂ ਬਾਂਹ ਫੜ ਲਈ ਕੱਢ ਲਿਆ ਹੁਣ ਤੂੰ ਇਹਨਾਂ ਨੂੰ ਵੀ ਜਾਣਕਾਰੀ ਦੇ ਦੇ ਜੇ ਕੱਲ੍ਹ ਨੂੰ ਕਿਸੇ ਨੇ ਹੋਰ ਨੇ ਆਉਣਾ ਹੋਵੇ ਉਹ ਕਿਵੇਂ ਆਊਗਾ ਇਹ ਗੱਲ ਭਗਤਾਂ ਦੀ ਇੱਛਾ ਨਹੀਂ ਸੀ ਗੁਰਬਾਣੀ ਦਾ ਉਪਦੇਸ਼ ਦੇਣਾ ਭਗਤਾਂ ਦੀ ਇੱਛਾ ਨਹੀਂ ਸੀ ਇਹ ਇੱਛਾ ਪਰਮੇਸ਼ਰ ਦੀ ਉਹਨਾਂ ਦੀ ਤਾਂ ਹੈ ਬਾਂਹ ਪਕੜ ਬਾਂਹ ਕਹੇ ਕਿ ਲਾ ਜਸ ਗੋਬਿੰਦ ਦਾਸ ਤੋਂ ਉਹ ਇੱਥੇ ਤੱਕਿਆ ਉਹਨਾਂ ਦੀ ਇਹ ਉਹਨੇ ਕਿਹਾ ਫਿਰ ਇਹਨਾਂ ਨੇ ਕਿਹਾ ਵੀ ਜਨਮ ਤੁਮਾਰੇ ਕਹਿੰਦਾ ਵੀ ਹੁਣ ਇੰਨੇ ਸਾਲ ਤੇਰੇ ਰਹਿ ਗਏ ਬਾਕੀ ਤੇਰਾ ਤਾਂ ਹੋ ਗਿਆ ਕੰਮ ਪੂਰਾ ਹੁਣ ਤੂੰ ਆ ਬਾਕੀ ਰਹਿੰਦੇ ਟਾਈਮ ਦੇ ਵਿੱਚ ਆ ਕੰਮ ਕਰ ਲੋਕਾਂ ਨੂੰ ਵੀ ਉਹਨਾਂ ਨੂੰ ਵੀ ਦੱਸਦੇ ਜਿਹੜੇ ਵਿਚਾਰੇ ਇਮਾਨਦਾਰ ਆਦਮੀ ਨੇ ਭੱਬੜ ਭੁੱਸੇ 'ਚ ਪਏ ਹੋਏ ਨੇ ਪਤਾ ਨਹੀਂ ਲੱਗਦਾ ਬਹੁਤ ਕਿਤਾਬਾਂ ਪੜ੍ਹਦੇ ਨੇ ਉਹਨਾਂ ਨੂੰ ਪਤਾ ਤਾਂ ਲੱਗ ਜਾਵੇ ਕਹਿੰਦੇ ਠੀਕ ਹੈ ਲਾਲਾ ਗੋਲਾ ਜਦ ਲਾਲਾ ਗੋਲਾ ਜਵਾਬ ਕਿਵੇਂ ਦਊਗਾ ਇਹ ਆਪਣੀ ਇੱਛਾ ਨਹੀਂ ਕਿਸੇ ਦੀ ਵੀ ਰਹੀ ਇਹ ਪਰਮੇਸ਼ਰ ਦੀ ਇੱਛਾ ਇਹਦਾ ਭਾਣ ਉਹਦਾ ਭਾਣਾ ਹੀ ਕਿਹਾ ਨਾਨਕ ਨੇ ਨਾਨਕ ਨੇ ਕੀ ਕਿਹਾ ਨਾਮ ਕਿਹਾ
ਨਾਮ ਉਹਦਾ ਭਾਣਾ ਨਾਨਕ ਕਹਿੰਦਾ ਨਾਮ ਹੀ ਵਿਖਾਣਿਆ ਹੁਕਮ ਹੀ ਵਿਖਿਆਨ ਕੀਤਾ ਮੈਂ ਕਹਿਆ ਸਭ ਜੋ ਤੇਰਾ ਹੁਕਮ ਹੋਇਆ ਮੈਂ ਤਾਂ ਬੋਲਿਆ ਇਹਦਾ ਬੋਲਿਆ ਜੋ ਬੋਲਿਆ ਹੁਕਮ ਨਾਲ ਸਿੱਖਿਆ ਤਾਂ ਦਿੱਤੀ ਆ ਉਹਦੇ ਹੁਕਮ ਦੇ ਅਨੁਸਾਰ ਹੈ ਸਾਨੂੰ ਆਪ ਉਹਦਾ ਹੁਕਮ ਨੂੰ ਸਮਝ ਕੇ ਹੁਕਮ ਨੂੰ ਮੰਨ ਕੇ ਸਮਝ ਕੇ ਆਪ ਉਹ ਪਾਰ ਹੋ ਗਏ ਦੂਜਿਆਂ ਵਾਸਤੇ ਜਿਹੜਾ ਦੱਸਣ ਦੀ ਡਿਊਟੀ ਲੱਗੀ ਉਹਨਾਂ ਦੀ ਦੱਸਣ ਦੀ ਇਹ ਤਾਂ ਫਿਰ ਕਹਿ ਰਿਹਾ ਕਬੀਰ ਗਰੇ ਹਮਾਰੇ ਜੇਬੜੀ ਜਨ ਖਿੱਚੇ ਤਾਂ ਇਹ ਤਾਂ ਰੱਸੀ ਉਹਦੇ ਹੱਥ 'ਚ ਹੈ ਜੋ ਬੁਲਾਵੋ ਤੋਂ ਨਾਨਕ ਦਾਸ ਬੋਲੇ ਆਪਣੀ ਇੱਛਾ ਨਾਲ ਨਹੀਂ ਬੋਲ ਰਹੇ ਹਾਂਜੀ ਤੂੰ ਅਥਾ ਮੋਹੇ ਥਾ ਨਾ ਹੈ ਪ੍ਰਭ ਦੀਨਾਨਾਥ ਦੁੱਖ ਕਹੂੰ ਕਾਹੇ ਪ੍ਰਭ ਦੀਨਾਨਾਥ ਦੁੱਖ ਕਹੂੰ ਕਾਹੇ ਮੈਂ ਕਿਹਨੂੰ ਕਹਾਂ ਦੁੱਖ ਹੈ ਕਹੂੰ ਕਾਹੇ ਦੁੱਖ ਕਹੂੰ ਕਾਹੇ ਕਿਹਨੂੰ ਦੱਸਣਾ ਹੈ ਦੁੱਖ ਤੂੰ ਅਥਾ ਹੈ ਥਾ ਮੈਨੂੰ ਹੈ ਨੀ ਸੰਸਾਰ 'ਚ ਮੈਂ ਗੱਲ ਕਿਹਨੂੰ ਕਹਾਂ ਉਹਨੂੰ ਕਹਾਂ ਜਿਹਨੂੰ ਥਾ ਹੋਵੇ ਥਾ ਤਾਂ ਕਿਸੇ ਨੂੰ ਹੈ ਨੀ ਜੋਗੀ ਜਟਾ ਧਾਰ ਲੈ ਇੱਕ ਪਾਸੇ ਕਬੀਰ ਤੁਰੇ ਫਿਰਦੇ ਇਹਨਾਂ ਦੋਹਾਂ ਨੂੰ ਸਮਝ ਨਹੀਂ ਮੈਂ ਇਹ ਕਿਹਦਾ ਪੁੱਛਾਂ ਜਾ ਕੇ ਇਹ ਦੋਵੇਂ ਲੀਡਰ ਨੇ ਸੰਸਾਰ ਦੇ ਧਰਮ ਦੇ ਹੁਣ ਮੈਂ ਇਹ ਕਿਹਦੇ ਪੁੱਛਾਂ ਜਾ ਕੇ ਇਸ ਕਰਕੇ ਤੂੰ ਹੀ ਦੱਸ ਇਹ ਤੂੰ ਹੀ ਦੱਸ ਹੋਰ ਨਹੀਂ ਇੱਥੇ ਕੋਈ ਦੱਸਣ ਵਾਲਾ ਜੇ ਕੋਈ ਬੰਦਾ ਵੀ ਦੱਸਣ ਵਾਲਾ ਤਾਂ ਉਹ ਵੀ ਉਹੀ ਦੱਸ ਰਿਹਾ ਬੰਦਾ ਤਾਂ ਉਹਦੇ ਵਿੱਚ ਵੀ ਵਾਧੇ ਹੋਏ ਹੈ ਬੰਦੇ ਤੋਂ ਉਹ ਕਹਾ ਰਿਹਾ ਬੁਲਵਾ ਰਿਹਾ ਦਸਾ ਰਿਹਾ ਦਸ ਆਵੇ ਰਿਹਾ ਜਨਮ ਮਰਨ ਮੇਰਾ ਜਿਹੜਾ ਜਨਮ ਮਰਨ ਦੁੱਖ ਹੈ ਆਸ ਧੀਰ ਇਹ ਜਿਹੜਾ ਹੈ ਇਹਦੀ ਧੀਰ ਐਸਾ ਮੈਨੂੰ ਧਨ ਦੇ ਲੋਕ ਧਨ ਜਨਮ ਮਰਨ ਦਾ ਦੁੱਖ ਚ ਮੈਨੂੰ ਧੀਰ ਜਾ ਜਾ ਇਹ ਦੁੱਖ ਦੁੱਖੇ ਨਾ ਰਹੇ ਜਨਮ ਮਰਨ ਦਾ ਇਹਦਾ ਭਰਮ ਚੱਕਿਆ ਜਾਵੇ ਜਨਮ ਮਰਨ ਦਾ ਭਰਮ ਚੱਕਿਆ ਜਾਵੇ ਮੇਰਾ ਹਾਂ ਆਹ ਧੀਰ ਸੁੱਖ ਸਾਗਰ ਗੁਣ ਰਹੋ ਰਵੀਰ ਕਬੀਰ ਵਾਹ ਮੈਂ ਸੁੱਖ ਸਾਗਰ ਦੇ ਵਿੱਚ ਰਹਿ ਕੇ ਤੇਰਾ ਗੁਣ ਗਾਇਨ ਕਰ ਬੇਫਿਕਰ ਹੋ ਕੇ ਸੁੱਖ ਸਾਗਰ ਦਾ ਮਤਲਬ ਕਰੋ ਕਰ ਸਕਾਂ ਐਸਾ ਗਿਆਨ ਮੈਨੂੰ ਦੇ